ਇੱਕ ਅੰਮ੍ਰਿਤ ਸਰ ਤੋਂ ਇੱਕ ਨੂਸਸ ਦੀ ਜੋੜੀ ਦੇ ਵੱਲੋਂ ਕਮਾਲ ਕਰ ਦਿੱਤਾ ਗਿਆ ਦੇਸੀ ਖਰਾਕ ਦੇ ਨਾਲ ਇੱਕ ਤਾਕਤ ਦੇ ਖਜ਼ਾਨੇ ਦੇ ਨਾਲ ਤੁਹਾਨੂੰ ਅੱਜ ਮਿਲਾਨ ਲਿਆਏ ਆ ਅਸੀਂ ਸ਼ਰਬਤ ਬਣਾ ਰਹੇ ਆ ਕਰੋ ਇਹ ਜਿਹੜਾ ਸ਼ਰਬਤ ਹੈ ਬਦਾਮ ਔਰ ਖਸਖਸ ਦੇ ਨਾਲ ਬੰਦਾ ਪੀਏ ਇਹ ਬਿਲਕੁਲ ਘਰੇਲੂ ਨੁਸਖਾ ਹੈ ਤੇ ਆਰਗੈਨਿਕ ਸ਼ਰਬਤ ਅਸੀਂ ਬਣਾ ਰਹੇ ਆ ਨੂਸਸ ਦਾ ਰਿਸ਼ਤਾ ਬੜਾ ਹੀ ਕਹਿੰਦੇ ਚਰਚਾਵਾਂ ਚ ਰਹਿੰਦਾ ਹੈ ਲੋਕ ਬੜੀਆਂ ਟਿੱਪਣੀਆਂ ਕਰਦੇ ਨੇ ਇੱਥੇ ਤੁਸੀਂ ਮਿਠਾਸ ਵੰਡ ਰਹੇ ਹੋ ਕਿਤੇ ਕੋਈ ਕੇਸਰ ਬਦਾਮ ਦਾ ਸ਼ਰਬਤ ਪਿਆ ਕਿਤੇ ਗੁਲਾਬਾਂ ਦਾ ਪਿਆ ਫਿਰ ਇੰਨੀ ਮਿਠਾਸ ਆਪਣੇ ਰਿਸ਼ਤੇ ਦੇ ਵਿੱਚ ਵੀ ਉਨੀ ਵਰਕਰਾ ਹਾਂਜੀ ਹਾਂਜੀ ਹੈ ਐਸ ਕਰਕੇ ਅਸੀਂ ਇਹ ਸਟਾਰਟਅਪ ਸ਼ੁਰੂ ਕੀਤਾ ਕਿਉਂਕਿ ਸਾਡੀ ਚੰਗੀ ਬੰਦੀ ਹੈ ਇਹ ਤਾਂ ਬਹੁਤ ਵਧੀਆ ਜੀ ਨੂੰ ਨਹੀਂ ਅਸੀਂ ਸਮਝਿਆ ਅਸੀਂ ਆਪਣੀ ਬੇਟੀ ਸਮਝਿਆ ਇਹਨੂੰ ਬੇਟੀ ਦੇ ਨਾਲ ਹੀ ਅਸੀਂ ਇਹਦਾ ਨਾਲ ਮਤਲਬ ਕੀ ਆਪਣਾ ਕੰਮ ਕਰ ਰਹੇ ਹਾਂ ਸ਼ੁਰੂ ਤੋਂ ਹੀ ਫਾਦਰ ਇਨ ਲਾ ਮੇਰੇ ਮਦਰ ਇਨ ਲਾ ਕਰਦੇ ਸੀਗੇ ਉਹਨਾਂ ਤੋਂ ਹੀ ਮੈਂ ਸਭ ਕੁਝ ਸਿੱਖਿਆ ਤੇ ਅਸੀਂ ਸੋਚਿਆ ਕਿ ਅਸੀਂ ਇੰਨੀ ਆਰਗੈਨਿਕ ਚੀਜ਼ ਜੋ ਕਰ ਪੀਂਨੇ ਆ ਤੇ ਅਸੀਂ ਲੋਕਾਂ ਨੂੰ ਵੀ ਪਿਲਾਈਏ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਤੰਦਰੁਸਤੀ ਦਾ ਆਨੰਦ ਮਾਣਨਾ ਚਾਹੁੰਦਾ ਹੈ ਤੇ ਸਰੀਰ ਨੂੰ ਇੱਕ ਚਰੰਗੀ ਖੁਰਾਕ ਦੇਣ ਲਈ ਹਰ ਕੋਈ ਕਿਤੇ ਨਾ ਕਿਤੇ ਉਹਨਾਂ ਦੇਸੀ ਖੁਰਾਕਾਂ ਦੇ ਵੱਲ ਜਾਂਦਾ ਹੋਇਆ ਵਿਖਾਈ ਦਿੰਦਾ ਹੈ ਕਿ ਉਹਨਾਂ ਪੁਰਾਣੇ ਖਜ਼ਾਨਿਆਂ ਨੂੰ ਫਰੋਲੀਏ ਕਿ ਤਾਂ ਜੋ ਸਰੀਰ ਨੂੰ ਹੱਟਾ-ਕੱਟਾ ਬਣਾ ਸਕੇ ਅਤੇ ਚੰਗੀ ਸਿਹਤ ਦਾ ਆਨੰਦ ਮਾਨਸਿਕ ਅਕਸਰ ਪੁਰਾਣੇ ਸਮੇਂ ਦੇ ਵੇਲੇ ਸਾਡੇ ਦਾਦੀ ਨਾਨੀਆਂ ਦੇ ਵੱਲੋਂ ਜੋ ਨੁਸਖੇ ਦੱਸੇ ਜਾਂਦੇ ਸੀ ਉਹ ਅੱਜ ਵੀ ਕਾਰਗਰ ਸਾਬਤ ਹੁੰਦੇ ਨੇ ਔਰ ਉਸ ਨਾਲ ਕਹਿ ਸਕਦੇ ਆਂ ਕਿ ਅਸੀਂ ਜਵਾਨੀ ਦਾ ਤੇ ਆਨੰਦ ਮੰਨਦੇ ਹੀ ਆਂ ਪਰ ਉੱਥੇ ਕਹਿ ਸਕਦੇ ਆਂ ਕਿ ਅੱਜ ਦੀ ਉਹ ਵੀ ਪੀੜ੍ਹੀਆਂ ਮੌਜੂਦ ਨੇ ਇਸ ਦੁਨੀਆ ਦੇ ਵਿੱਚ ਜੋ ਬੁੜਾਪੇ ਦੇ ਵਿੱਚ ਵੀ ਜਵਾਨੀ ਦਾ ਆਨੰਦ ਮੰਨਦੇ ਹੋਏ ਵਿਖਾਈ ਦਿੰਦੇ ਰਾਜ ਅੰਮ੍ਰਿਤਸਰ ਦੇ ਵਿੱਚ ਇੱਕ ਅਜਿਹੀ ਹੀ ਦੇਸੀ ਖੁਰਾਕ ਦੇ ਨਾਲ ਇੱਕ ਤਾਕਤ ਦੇ ਖਜ਼ਾਨੇ ਦੇ ਨਾਲ ਤੁਹਾਨੂੰ ਅੱਜ ਮਿਲਾਨ ਲਿਆਏ ਆਂ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਦੌਰੀ ਡੰਡਾ ਔਰ ਪੁਰਾਣੇ ਸਮੇਂ ਦੇ ਵਿੱਚ ਅਕਸਰ ਜੋ ਦੇਸੀ ਖੁਰਾਕਾਂ ਨੇ ਉਹ ਇਹਨਾਂ ਦੇ ਵਿੱਚ ਹੀ ਤਿਆਰ ਹੁੰਦੀਆਂ ਸੀ ਔਰ ਅੱਜ ਵੀ ਇੱਕ ਅੰਮ੍ਰਿਤਸਰ ਤੋਂ ਇੱਕ ਨੂਸਸ ਦੀ ਜੋੜੀ ਦੇ ਵੱਲੋਂ ਕਮਾਲ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਪੁਰਾਣੇ ਉਹਨਾਂ ਟੋਟਕਿਆਂ ਦੇ ਨਾਲ ਹੀ ਇੱਕ ਦਾਦੀ ਰੈਸিপি ਦੇ ਨਾਲ ਇੱਕ ਨਵਾਂ ਘਰ ਤੋਂ ਹੀ ਸ਼ੁਰੂਆਤ ਕੀਤੀ ਗਈ ਇੱਕ ਨਵਾਂ ਸਟਾਰਟਅਪ ਕੀਤਾ ਗਿਆ ਸਾਡੇ ਨਾਲ ਮਨਪ੍ਰੀਤ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮਨਪ੍ਰੀਤ ਜੀ ਕੀ ਸੋਚ ਆਈ ਔਰ ਇਹ ਸਾਰਾ ਜੋ ਇੱਥੇ ਸਮਾਨ ਪਿਆ ਹੋਇਆ ਅਸੀਂ ਦੇਖ ਸਕਦੇ ਹਾਂ ਕੌਲੀਆਂ ਦੇ ਵਿੱਚ ਕਾਲੀ ਮਿਰਚ ਪਈ ਹੈ ਲਾਚੀ ਪਈ ਹੈ ਬਦਾਮ ਪਏ ਨੇ ਇਹ ਕਿਹੜੀ ਹੈ ਖਾਸ ਜਿਹਾਂ ਤੱਕ ਦਾ ਖਜ਼ਾਨਾ ਬਣਾਰਾ ਸਸ਼ੀ ਕਲ ਜੀ ਅਸੀਂ ਸ਼ਰਬਤ ਬਣਾ ਰਹਿਆ ਕਰੋ ਐ ਜਿਹੜਾ ਸ਼ਰਬਤ ਹੈ ਬਦਾਮ ਔਰ ਖਸਖਸ ਦੇ ਨਾਲ ਬੰਦਾ ਪੀਏ ਐ ਬਿਲਕੁਲ ਘਰੇਲੂ ਨੁਸਖਾ ਹੈ ਤੇ ਆਰਗੇਨਿਕ ਸ਼ਰਬਤ ਅਸੀਂ ਬਣਾ ਰਹੇ ਹਾਂ ਅ ਸਰ ਇਹਨਾਂ ਕਹਿ ਸਕਦੇ ਹਾਂ ਕਿ ਪੁਰਾਣੇ ਉਹਨਾਂ ਵਿਰਾਸਤ ਦੇ ਨਾਲ ਜੁੜੀਆਂ ਚੀਜ਼ਾਂ ਦੇ ਵਿੱਚ ਹੀ ਉਹ ਤਾਕਤਾਂ ਉਹ ਖਜ਼ਾਨੇ ਬਣਦੇ ਸੀਗੇ ਇਹ ਖੁਰਾਕ ਕਿਸ ਤਰ੍ਹਾਂ ਬਣਦੀ ਹੈ ਔਰ ਇਹ ਜੋ ਦਾਦੀਜ਼ ਰੈਸਪੀ ਹੈ ਇਹ ਕੀ ਹੈ ਥੋੜਾ ਦੱਸੋ ਇਸ ਬਾਰੇ ਦਾਦੀਜ਼ ਰੈਸਪੀ ਸਾਨੂੰ ਖਿਆਲ ਆਇਆ ਆਪਣੀ ਮੇਰੀ ਮਦਨ ਲੋਏ ਇਹ ਬਣਾਉਂਦੇ ਸੀ ਸ਼ਰਬਤ ਇਹਨਾਂ ਦੀ ਜਿਹੜੀ ਮਦਨ ਲੋਏ ਉਹਨਾਂ ਨੇ ਇਹਨੂੰ ਇਹਨਾਂ ਨੂੰ ਸਿਖਾਇਆ ਸੀ ਤੇ ਇਹਨਾਂ ਨੇ ਇਹ ਰੈਸিপি ਮੈਨੂ ਅੱਗੇ ਪਾਸ ਔਨ ਕੀਤੀ ਹੈ ਤੇ ਅਸੀਂ ਸੋਚਿਆ ਕਿ ਅਸੀਂ ਇੰਨੀ ਆਰਗੈਨਿਕ ਚੀਜ਼ ਜਰ ਕਰ ਪੀਣੇ ਆ ਤੇ ਅਸੀਂ ਲੋਕਾਂ ਨੂੰ ਵੀ ਪਿਲਾਈਏ ਉਹਨਾਂ ਨੂੰ ਵੀ ਪਤਾ ਚੱਲੇ ਕਿ ਪੁਰਾਣੀ ਰੈਸਪੀਜ਼ ਵਿੱਚ ਤਾਕਤ ਹੱਲੇ ਵੀ ਹੈ ਕੈਮੀਕਲ ਫ੍ਰੀ ਪ੍ਰੀਜ਼ਰਵੇਟਿਵ ਫ੍ਰੀ ਅਸੀਂ ਇਹ ਬਣਾਨੇ ਆ ਇਸ ਕਰਕੇ ਅਸੀਂ ਸੋਚਿਆ ਕਿ ਸਾਰਿਆਂ ਨੂੰ ਪਤਾ ਚੱਲਣਾ ਚਾਹੀਦਾ ਹੈ ਇਸ ਬਾਰੇ ਕਿਸ ਤਰ੍ਹਾਂ ਦੀ ਮੇਕਿੰਗ ਰਹਿੰਦੀ ਥੋੜਾ ਦੱਸੋਗੇ ਹਾਂਜੀ ਇੱਕ ਖਾਸ ਹੈ ਬਦਾਮ ਤੇ ਇਹ ਮਗਜ ਤਰਬੂਜ ਮਗਜ ਇਲਾਇਚੀ ਤੇ ਕਾਲੀ ਮਿਰਚ ਅਗਿਏ ਇਹ ਸਾਰਾ ਇਹਦਾ ਮਿਸ਼ਰਣ ਦੋੜੀ ਡੰਡੇ ਵਿੱਚ ਅਸੀਂ ਕੁੱਟਾਂਗੇ ਤੇ ਇਹਦੇ ਨਾਲ ਇਹ ਜਿਹੜੀ ਮਿਸ਼ਰੀ ਹੈ ਅਸੀਂ ਇਹ ਮਿਸ਼ਰੀ ਯੂਜ਼ ਕਰ ਰਹੇ ਹਾਂ 슈ਗਰ ਚੰਗੀ ਨਹੀਂ ਹੁੰਦੀ ਤੇ ਇਸ ਕਰਕੇ ਅਸੀਂ ਇਹ ਮਿਸ਼ਰੀ ਯੂਜ਼ ਕਰ ਰਹੇ ਹਾਂ ਮਿਸ਼ਰੀ ਪਾ ਕੇ ਪ੍ਰੋਪਰ ਇਹਦਾ ਸ਼ਰਬਤ ਬਣਾ ਕੇ ਅਸੀਂ ਸ਼ਰਬਤ ਤਿਆਰ ਕਰਨੇ ਆਂ ਅਸੀਂ ਜਿਹੜੇ ਸਮਾਚ ਰਹੇ ਨੇ ਆ ਕਿਉਂਕਿ ਇਹ ਇੱਕ ਜ਼ਹਿਰ ਭਰੀ ਦੁਨੀਆ ਇਸ ਕਰਕੇ ਕਿਉਂਕਿ ਅਸੀਂ ਜਿਸ ਚੀਜ਼ਾਂ ਦਾ ਸੇਵਨ ਕਰਦੇ ਆ ਸਾਨੂੰ ਨਹੀਂ ਪਤਾ ਕਿ ਉਸ ਚ ਕੀ ਕੀ ਚੀਜ਼ਾਂ ਮਿਲੀਆਂ ਹੁੰਦੀਆਂ ਨੇ ਪਰ ਜੇ ਸਵੱਛਤਾ ਦੀ ਗੱਲ ਕੀਤੀ ਜਾਵੇ ਛੁੱਧਤਾ ਦੀ ਗੱਲ ਕੀਤੀ ਜਾਵੇ ਤਾਂ ਇਹ ਤਾਂ ਵੈਸੇ ਹੀ ਕੁਦਰਤੀ ਚੀਜ਼ਾਂ ਨੇ ਇਹਨਾਂ ਦੇ ਉਪਯੋਗ ਦੇ ਨਾਲ ਸਰੀਰ ਨੂੰ ਕਹਿ ਸਕਦੇ ਆ ਕਈ ਰੋਗਾਂ ਤੋਂ ਵੀ ਮੁਕਤੀ ਮਿਲਦੀ ਜੀ ਜੀ ਬਿਲਕੁਲ ਖਾਸ ਖਾਸ ਜਿਹੜੀ ਹੈ ਦਿਮਾਗ ਵਾਸਤੇ ਬਹੁਤ ਚੰਗੀ ਹੈ ਠੀਕ ਹੈ ਤੇ ਠੰਡਕ ਵੀ ਦਿੰਦੀ ਹੈ ਬਦਾਮ ਠੰਡਕ ਵੀ ਦਿੰਦੇ ਨੇ ਅੱਖਾਂ ਵਾਸਤੇ ਵੀ ਬਹੁਤ ਚੰਗੇ ਨੇ ਕਾਲੀ ਮਿਰਚ ਵੈਸੇ ਵੀ ਤੁਸੀਂ ਸਰਦੀ ਦੁਕਾਮ ਹੋਏ ਤੇ ਤੁਸੀਂ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ ਤਰਬੂਜ ਮਗਜ ਠੰਡੇ ਹੁੰਦੇ ਨੇ ਇਲਾਇਚੀ ਠੰਡੀ ਹੁੰਦੀ ਹੈ ਮਿਸ਼ਰੀ ਵੈਸੇ ਹੀ ਚੰਗੀ ਆਯੁਰਵੈਦਿਕ ਵਿੱਚ ਕਹਿੰਦੇ ਨੇ 슈ਗਰ ਨਾ ਯੂਜ਼ ਕਰੋ ਤੇ ਮਿਸ਼ਰੀ ਯੂਜ਼ ਕਰੋ ਤੇ ਇਹੋ ਜਿਹਾ ਕੋਲ ਅਸੀਂ ਬਣਾ ਕੇ ਸ਼ਰਬਤ ਪਿਲਾਣੇ ਆ ਲੋਕਾਂ ਨੂੰ ਸਮਾਜ ਦੇ ਵਿੱਚ ਕਿਹਾ ਜਾਂਦਾ ਕਿ ਨੂੰ ਸੱਸ ਦਾ ਰਿਸ਼ਤਾ ਬੜਾ ਹੀ ਕਹਿੰਦੇ ਚਰਚਾਵਾਂ ਚ ਰਹਿੰਦਾ ਨੇ ਬੜੀਆਂ ਟਿੱਪਣੀਆਂ ਕਰਦੇ ਨੇ ਇੱਥੇ ਤੁਸੀਂ ਮਠਾਸ ਵੰਡ ਰਹੇ ਹੋ ਕਿਤੇ ਕੋਈ ਕੇਸਰ ਮਦਾਨ ਦਾ ਸ਼ਰਬਤ ਪੀਆ ਕਿਤੇ ਗੁਲਾਬਾਂ ਦਾ ਪੀਆ ਫਿਰ ਇੰਨੀ ਮਿਠਾਸ ਆਪਣੇ ਰਿਸ਼ਤੇ ਦੇ ਵਿੱਚ ਵੀ ਉਨੀ ਵਰਕਰਾਂ ਹਾਂਜੀ ਹਾਂਜੀ ਹੈ ਇਸ ਕਰਕੇ ਅਸੀਂ ਇਹ ਸਟਾਰਟਅਪ ਸ਼ੁਰੂ ਕੀਤਾ ਕਿਉਂਕਿ ਸਾਡੀ ਚੰਗੀ ਬੰਦੀ ਹੈ ਹਾਂਜੀ ਸਾਡੀ ਨਾਲ ਵੀ ਗੱਲ ਕਰ ਲੈਣੇ ਆ ਜੀ ਜਿਨ੍ਹਾਂ ਦੇ ਨਾਲ ਇਹ ਜੁੜਿਆ ਹੈ ਖਾਸ ਇਨੀਸ਼ੀਏਟਿਵ ਕੀ ਲੱਗਦਾ ਜੀ ਇਹ ਸੋਚ ਕਿੱਦਾਂ ਦੀ ਆਈ ਕਿ ਮਤਲਬ ਅੱਜ ਨੂ ਦੇ ਨਾਲ ਮਿਲ ਕੇ ਕੁਮਾਰੇ ਉਹ ਵਧੀਆ ਇੱਕ ਚੀਜ਼ ਨੂੰ ਲੋਕਾਂ ਤੱਕ ਪਹੁੰਚਾਇਆ ਨਹੀਂ ਇਹ ਤਾਂ ਬਹੁਤ ਵਧੀਆ ਜੀ ਨੂ ਨਹੀਂ ਅਸੀਂ ਸਮਝਾਇਆ ਸੀ ਆਪਣੀ ਬੇਟੀ ਸਮਝਾਇਆ ਇਹਨੂੰ ਬੇਟਿੰਗ ਦੇ ਨਾਲ ਹੀ ਅਸੀਂ ਇਹਦੇ ਨਾਲ ਮਤਲਬ ਕੀ ਆਪਣਾ ਕੰਮ ਕਰ ਰਹੇ ਆ ਕਿ ਦੋਨੋਂ ਰਲ ਕੇ ਅਸੀਂ ਕਰਦੇ ਆ ਸਭ ਦੁਨੀਆ ਨੂੰ ਪਤਾ ਚੱਲੇ ਨਾਲੇ ਪਿਆਰ ਦਾ ਵੀ ਤੇ ਮਿਠਾਸ ਦਾ ਵੀ ਨਾਂ ਰੱਖਿਆ ਜੀ ਦਾਦੀਜ਼ ਰੈਸਪੀ ਫੇ ਲੱਗਦਾ ਹੈ ਕਾੜ ਵੀ ਤੁਸੀਂ ਕੱਢੀ ਆਉਣੀ ਆ ਕਿ ਚਲੋ ਜੀ ਲਿਆਓ ਦੋਰੀ ਡੰਡਾ ਬੈਨੇ ਆ ਕੁੱਟਦੇ ਆ ਕੁਛ ਨਾ ਕੁਛ ਤੇ ਬਣੇਗਾ ਉਹ ਵਕਰੀ ਗੱਲ ਹੈ ਕਿ ਅੱਜ ਉਹ ਖਜ਼ਾਨਾ ਲੋਕਾਂ ਨੂੰ ਵੀ ਵਧੀਆ ਲੱਗ ਰਿਹਾ ਲੋਕ ਆ ਰਹੇ ਨੇ ਇਸ ਦਾ ਸੇਵਨ ਕਿਉਂਕਿ ਸ਼ੁਰੂ ਤੋਂ ਹੀ ਫਾਦਰਨ ਲਾ ਮੇਰੇ ਮਦਰਨ ਲਾ ਕਰਦੇ ਸੀਗੇ ਉਹਨਾਂ ਤੋਂ ਹੀ ਮੈਂ ਸਭ ਕੁਝ ਸਿੱਖਿਆ ਵਾ ਤੱਗੋਂ ਮੇਰਾ ਪੁੱਤਰ ਇਹ ਨਾ ਹੈਗਾ ਸੀ ਉਹ ਕਹਿੰਦਾ ਕਿ ਨਹੀਂ ਦਾਦੀ ਰੈਸਪੀ ਅਹੀ ਰੱਖਣੀ ਆ ਅਸੀਂ ਆਈ ਕੰਮ ਕਰੀਏ ਸ਼ੁਰੂ ਆਨਲਾਈਨ ਸੇਲ ਕਰ ਰਹੇ ਹਾਂ ਹਲੇ ਤੇ ਮਾਊਥ ਟੂ ਮਾਊਥ ਪਬਲਿਕਿਟੀ ਪਬਲਿਕਿਟੀ ਵੀ ਹੋ ਰਹੀ ਹੈ ਤੇ ਨਾਲ ਆਰਡਰਸ ਆ ਰਹੇ ਨੇ ਅਸੀਂ ਆਪਣਾ ਫੋਨ ਨੰਬਰ ਦੇਣੇ ਆ ਲੋਕਾਂ ਨੂੰ ਤੇ ਸਾਨੂੰ ਆਰਡਰਸ ਆ ਰਹੇ ਨੇ ਅਗਰ ਪੰਜਾਬ ਤੋਂ ਬਾਹਰ ਹੈ ਤੇ ਅਸੀਂ ਕੋਰੀਅਰ ਕਰ ਰਹੇ ਹਾਂ ਜਿਹੜਾ ਇਹ ਪਾਊਡਰ ਹੈ ਇਹ ਤੁਸੀਂ ਵੇਖ ਸਕਦੇ ਹੋ ਇਹ ਡ్రਾਈ ਫਰੂਟ ਹੈ ड्राई फ्रूट मिक्स है ते ये डायबिटीज वाले पेशेंट्स भी ले सकते ने क्योंकि शुगर फ्री पाउडर है। ਤੁਸੀਂ ਕਾਲ ਕਰ ਸਕਦੇ ਹੋ 9780698959 ਤੇ। ਤੇ ਅਸੀਂ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਡਿਲੀਵਰੀ ਪਹੁੰਚਾ ਦਵਾਂਗੇ। ਅੰਮ੍ਰਿਤਸਰ ਦੇ ਵਿੱਚ ਇਸ ਨੂੰ ਸਸਤੀ ਜੋੜੀ ਦੇ ਵੱਲੋਂ ਅੱਜ ਇੱਕ ਖਾਸ ਤਾਕਤ ਦਾ ਖਜ਼ਾਨਾ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਔਰ ਲੋਕਾਂ ਦਾ ਪਿਆਰ ਵੀ ਕਰ ਸਕਦੇ ਬਹੁਤ ਮਿਲ ਰਿਹਾ ਕਿਉਂਕਿ ਦਾਦੀਜ਼ ਰੈਸਪੀ ਹੈ ਤੇ ਜਦ ਲੋਕ ਸੁਣਦੇ ਨੇ ਇਸ ਨਾਂ ਨੂੰ ਤਾਂ ਪਹਿਲਾਂ ਹੀ ਖਿਆਲ ਆਉਂਦਾ ਕਿ ਕਿਤਨਾ ਕਿਤੇ ਕੋਈ ਪ੍ਰਾਣੀਆਂ ਕਹਿ ਸਕਦੇ ਹਾਂ ਕਿ ਉਹਨਾਂ ਚੀਜ਼ਾਂ ਦੇ ਮਿਸ਼ਰਣ ਵਿੱਚ ਜ਼ਰੂਰ ਘੋਲਿਆ ਗਿਆ ਹੋਵੇਗਾ ਤੇ ਕਹਿ ਸਕਦੇ ਹਾਂ ਜੀ ਅੱਜ ਪੂਰੇ ਪਿਆਰ ਸਤਿਕਾਰ ਦੇ ਨਾਲ ਇਸ એનર્ਜੀ ਡਰਿੰਕ ਨੂੰ ਇਹਨਾਂ ਦੇ ਵੱਲੋਂ ਬਣਾਇਆ ਜਾਂਦਾ ਔਰ ਤੌਰ ਤਰੀਕਾ ਉਹੀ ਹੈ ਪੁਰਾਣਾ ਦੋਰੀ ਡੰਡੇ ਦੇ ਵਿੱਚ ਹੀ ਇਹ ਸਭ ਤਿਆਰ ਹੁੰਦਾ ਔਰ ਫਿਲਹਾਲ ਇਹਨਾਂ ਦੇ ਵੱਲੋਂ ਇਹ 4 ਫਲੇਵਰ ਦੇ ਵਿੱਚ ਰੈਡੀ ਕੀਤਾ ਜਾ ਰਿਹਾ ਔਰ ਜੋ ਚਾਹਵਾਨ ਲੋਕ ਨੇ ਜੋ ਇਹਨਾਂ ਨੇ ਨੰਬਰ ਦੱਸਿਆ ਤੁਸੀਂ ਉਸ ਤੇ ਕਾਲ ਕਰਕੇ ਇਹਨਾਂ ਤੋਂ ਆਰਡਰ ਕਰ ਸਕਦੇ ਹੋ ਅਤੇ ਇਸ ਖਾਸ ਅਨਮੋਲ ਖਜ਼ਾਨੇ ਦਾ ਆਨੰਦ ਲੈ ਸਕਦੇ ਹੋ ਅੰਮ੍ਰਿਤਸਰ ਤੋਂ ਨਿਤਿਸ਼ ਸਬਰਵਾਲ ਨਿਊਜ਼ ਟੀਨ ਪੰਜਾਬ